ਅਸੀਂ ਤਾਂ ਕਹਿੰਦੇ ਜਿਹੜਾ ਕੰਮ ਕਰਦਾ ਉਹਨੂੰ ਪਾਓ ਵੋਟ, ਕੰਮ ਦੇ ਨਾਲ ਵੋਟ ਦੀ ਕਦਰ ਹੈ। ਕੰਮ ਕਰਦੇ ਵੀ ਆਏ ਨਹੀਂ ਤਾਂ ਨਹੀਂ ਕਰਦੇ ਆਏ, ਕਰਦੇ ਆਏ ਆ, ਪਰ ਜਿਹੜੀ ਆਹ ਚੀਜ਼ਾਂ ਹੁਣ ਜਿਹੜੀ ਚੀਜ਼ ਦਾ ਮਸਲਾ ਹੁਣ ਚੱਲਣ ਡਿਆ ਨਸ਼ੇ ਦਾ, ਇਹ ਕਿਸੇ ਨੇ ਕੱਢਿਆ ਇਹੀ ਚਾਹੀਦੇ। ਅਗਰ ਜਿਹੜਾ ਗਰੀਬ ਗੁਰਬਾਂ ਦੀ ਉਹਦੀ ਮਦਦ ਹੋਣੀ ਚਾਹੀਦੀ ਹੈ, ਇਹਦਾ ਘਰ ਮਕਾਨ ਨਹੀਂ ਹੈਗਾ, ਉਹਨਾਂ ਨੂੰ ਚਾਹੀਦਾ ਕੁਛ ਨਾ ਕੁਛ, ਸਾਨੂੰ ਵੀ ਚਾਹੀਦਾ ਆ। 2024 ਦੀਆਂ ਲੋਕ ਸਭਾ ਚੋਣਾਂ ਚੱਲ ਰਹੀਆਂ ਨੇ ਤਾਂ ਲਾਈਨਾਂ ਵਿੱਚ ਲੱਗ ਕੇ ਲੋਕ ਵੋਟਾਂ ਪਾਉਣ ਪੁੱਜੇ ਨੇ। ਕਸਬਾ ਗੋਇੰਦਵਾਲ ਸਾਹਿਬ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਗੱਲ ਕਰਾਂਗੇ ਲੋਕ ਸਭਾ ਹਲਕਾ ਖੜੂ ਸਾਹਿਬ ਦੀ, ਤਾਂ ਇਸ ਵਾਰ ਜਿਹੜੀ ਪੰਥਕ ਸੀਟ ਹੈ ਜੋ ਕਿ ਇਸ ਵਾਰ ਕਾਫੀ ਚਰਚਾ ਦਾ ਵਿਸ਼ਾ, ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਵੀ ਆਜ਼ਾਦ ਤੌਰ 'ਤੇ ਇੱਥੇ ਚੋਣ ਲੜੀ ਜਾ ਰਹੀ ਹੈ, ਤਾਂ ਲਾਈਨਾਂ ਵਿੱਚ ਲੱਗ ਕੇ ਨੌਜਵਾਨ ਬਜ਼ੁਰਗ ਵੋਟਾਂ ਪਾ ਰਹੇ ਨੇ, ਤਾਂ ਗੱਲਬਾਤ ਕਰਨ ਦੀ ਇਹਨਾਂ ਨਾਲ ਕੋਸ਼ਿਸ਼ ਕਰਾਂਗੇ ਕਿ ਆਖਿਰ ਕਿਵੇਂ ਦਾ MP ਇਹ ਚਾਹੁੰਦੇ ਨੇ। ਹਾਂਜੀ ਬਾਈ ਜੀ, ਕੀ ਕਹੋਗੇ ਵੋਟ ਪਾਉਣ ਪੁੱਜੇ ਨੇ ਤਾਂ ਕੀ ਕਹਿਣਾ ਚਾਹੋਗੇ, ਕਿਵੇਂ ਦਾ MP ਹੋਣਾ ਚਾਹੀਦਾ ਆਪਣਾ? MP ਜਿਹੜਾ ਪ੍ਰਜਾ ਬਾਰੇ ਸੋਚੇ ਉਹ ਜਾਣਾ ਚਾਹੀਦਾ। ਆਮ ਤਾਂ ਹੁਣ ਪਹਿਲਾਂ ਤਾਂ ਪਤਾ ਹੀ ਸਰਕਾਰਾਂ ਕਿਹੋ ਜਿਹੀਆਂ ਆਉਂਦੀਆਂ। ਅਸੀਂ ਤਾਂ ਕਹਿੰਦੇ ਜਿਹੜਾ ਕੰਮ ਕਰਦਾ ਉਹਨੂੰ ਪਾਓ ਵੋਟ, ਕੰਮ ਦੇ ਨਾਲ ਵੋਟ ਦੀ ਕਦਰ ਹੈ। ਉਹਦਾ ਕੋਈ ਗੱਲ ਕੀਤੀ ਜਾਵੇ ਤਾਂ ਪਿਛਲੇ 70-75 ਸਾਲਾਂ ਤੋਂ ਲਗਾਤਾਰ MP ਬਣਦੇ ਆ ਰਹੇ ਨੇ, ਕੀ ਤੁਹਾਨੂੰ ਲੱਗਦਾ ਕਿ ਉਹ ਕੰਮ ਨਹੀਂ ਕਰ ਪਾਏ? ਵੇਖੋ, ਕੰਮ ਕਰਦੇ ਵੀ ਆਏ ਨਹੀਂ ਵੀ ਨਹੀਂ ਕਰਦੇ ਆਏ, ਕਰਦੇ ਆਏ ਆ, ਪਰ ਜਿਹੜੀ ਆਹ ਚੀਜ਼ਾਂ ਹੁਣ ਜਿਹੜੀ ਚੀਜ਼ ਦਾ ਮਸਲਾ ਹੁਣ ਚੱਲਣ ਡਿਆ ਨਸ਼ੇ ਦਾ, ਇਹ ਕਿਸੇ ਨੇ ਕੱਢਿਆ ਨਹੀਂ। ਅਸੀਂ ਚਾਹੁੰਦੇ ਹਾਂ ਵੀ ਹੁਣ ਉਹੋ ਜਿਹਾ ਕੋਈ ਕੈਂਡੀਡੇਟ ਆਵੇ, MP ਬਣ ਕੇ ਪਹੁੰਚੇ, ਜਿਹੜਾ ਇਸ ਚੀਜ਼ ਨੂੰ ਬੰਨ ਪਾ ਸਕੇ। ਸੋ ਲੋਕਾਂ ਦੀ ਲਗਾਤਾਰ ਇਹੀ ਮੰਗ ਹੈ ਕਿ ਨਸ਼ੇ ਦੇ ਮੁੱਦੇ 'ਤੇ ਠੱਲ ਪੈਣੀ ਚਾਹੀਦੀ ਹੈ। ਖਡੂਰ ਸਾਹਿਬ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਲੋਕਾਂ ਦਾ ਕਹਿਣਾ ਹੈ ਕਿ ਕਾਫੀ ਵੱਡੀ ਮਾਤਰਾ ਵਿੱਚ ਜਿਹੜਾ ਨਸ਼ਾ ਵਿਕਦਾ ਹੈ ਅਤੇ ਨੌਜਵਾਨਾਂ ਦੀ ਲਗਾਤਾਰ ਮੌਤਾਂ ਵੀ ਹੋ ਰਹੀਆਂ ਨੇ, ਤਾਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕਹਿਣਾ ਹੈ। ਹਾਂਜੀ ਮਾਤਾ ਜੀ, ਕੀ ਕਹੋਗੇ ਵੋਟ ਪਾਉਣ ਆਏ ਹੋ, ਕੀ ਕਹਿਣਾ ਚਾਹੋਗੇ? ਕੀ ਕਹਿਣਾ ਕਿ ਵੋਟ ਪਾਉਣੀ ਹੈ ਤਾਂ ਕੀ ਦੇਖਦੇ ਜੋ ਇੱਕ ਨਸ਼ੇ ਦਾ ਮੁੱਦਾ ਵੱਡਾ ਦੱਸਿਆ ਜਾਂਦਾ ਹੈ ਤੇ ਹਾਂਜੀ ਹਾਂਜੀ ਆ ਨਸ਼ੇ ਦਾ ਹੀ ਆ ਕਿ ਨਸ਼ਾ ਮੁੱਕਣਾ ਚਾਹੀਦਾ ਔਰ ਕੋਈ ਗੱਲ। ਸੋ ਮਾਤਾ ਜੀ ਦਾ ਵੀ ਇਹੀ ਕਹਿਣਾ ਕਿ ਨਸ਼ਾ ਖਤਮ ਹੋਣਾ ਚਾਹੀਦਾ ਹੈ। ਸੋ ਹੋਰ ਵੀ ਲੋਕ ਇੱਥੇ ਪੁੱਜੇ ਨੇ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਕਸਬਾ ਗੋਇੰਦਵਾਲ ਸਾਹਿਬ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਜਿੱਥੇ ਕਿ ਇੱਕ ਵਾਰ ਕਾਂਟੇ ਦੀ ਟੱਕਰ ਇੱਥੋਂ ਲੱਗ ਰਹੀ ਹੈ। ਮਾਤਾ ਮੌਜੂਦ ਹੈ। ਹਾਂਜੀ ਮਾਤਾ ਜੀ, ਵੋਟ ਪਾ ਲਈ ਤੁਸੀਂ? ਹਾਂਜੀ ਪਾ ਲਈ। ਅੱਛਾ ਪਾ ਲਈ। ਹਾਂਜੀ, ਕੀ ਕਹਿਣਾ ਚਾਹੋਗੇ ਵੋਟ ਪਾਉਣ ਆਏ ਹੋ, ਕਿੱਦਾਂ ਦਾ MP ਉਮੀਦਵਾਰ ਚੁਣਨਾ ਚਾਹੀਦਾ ਜੀ? ਅਸੀਂ ਇਹੀ ਚਾਹੀਦੇ, ਅਗਰ ਜਿਹੜਾ ਗਰੀਬ ਗੁਰਬਾਂ ਦੀ ਉਹਦੀ ਮਦਦ ਹੋਣੀ ਚਾਹੀਦੀ ਹੈ, ਇਹਦਾ ਘਰ ਮਕਾਨ ਨਹੀਂ ਹੈਗਾ, ਉਹਨਾਂ ਨੂੰ ਚਾਹੀਦਾ ਕੁਛ ਨਾ ਕੁਛ, ਸਾਨੂੰ ਵੀ ਚਾਹੀਦਾ ਆ। ਸੋ ਜਿਹੜੇ ਪਹਿਲੇ MP ਰਹੇ ਨੇ ਜਾਂ ਇਹ, ਉਹਨਾਂ ਵੱਲੋਂ ਕੀ ਤੁਹਾਨੂੰ ਕੋਈ ਸਹੂਲਤਾਂ ਨਹੀਂ ਮਿਲੀਆਂ ਹੁਣ ਤੱਕ? ਕੁਛ ਵੀ ਨਹੀਂ ਮਿਲਿਆ ਸਾਨੂੰ ਤਾਂ ਹੁਣ ਤੋੜੀ, ਕੋਈ ਕੁਛ ਨਹੀਂ ਸਾਡੀ, ਕੋਈ ਸਾਡੀ ਕੋਈ ਇੱਦਾਂ ਦੀ ਕੋਈ ਸੁਣਵਾਈ ਨਹੀਂ ਕਰਦਾ। ਹਾਂਜੀ, ਕਿਤੇ ਨਾ ਕਿਤੇ ਲੋਕ ਪਹਿਲੇ MPਆਂ ਤੋਂ ਨਿਰਾਸ਼ ਵੀ ਦਿਖਾਈ ਦੇ ਰਹੇ ਨੇ, ਕਹਿ ਰਹੇ ਨੇ ਕਿ ਸਾਡੀ ਕੋਈ ਸੁਣਵਾਈ ਨਹੀਂ ਕੀਤੀ, ਸਾਨੂੰ ਸਹੂਲਤਾਂ ਨਹੀਂ ਦਿੱਤੀਆਂ। ਹੁਣ ਦੇਖਣਾ ਹੋਵੇਗਾ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਿਸ ਨੂੰ ਲੋਕ ਫਤਵਾ ਦਿੰਦੇ ਨੇ। ਕੈਮਰਾਮੈਨ ਬਲਜੀਤ ਨਾਲ ਰਵੀ ਖਹਿਰਾ, ਦਾ ਸਮਰ ਨਿਊਜ਼, ਗੋਇੰਦਵਾਲ ਸਾਹਿਬ।